ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਪਰ ਆਮ ਲੋਕਾਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ 'ਚ ਆਉਣਾ ਪੈਂਦਾ ਜਿਸ ਨੂੰ ਲੈ ਕੇ ਫਾਜ਼ਿਲਕਾ ਡਿਪਟੀ ਕਮਿਸ਼ਨਰ ਵੱਲੋਂ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖਦੇ ਹੋਏ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਦਫ਼ਤਰ ਦੇ ਬਾਹਰ ਹੀ ਸੰਗਤ ਦਰਸ਼ਨ ਦਰਬਾਰ ਲਗਾਇਆ ਗਿਆ ਜਿੱਥੇ ਇਸ ਪੂਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਆਉਣ ਵਾਲੇ ਲੋਕਾਂ ਨੂੰ ਖੁੱਲ੍ਹੇ ਮਾਹੌਲ 'ਚ ਬਿਠਾ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਅਤੇ ਮੌਕੇ ਉੱਤੇ ਹੱਲ ਵੀ ਕਰਵਾਇਆ ਗਿਆ। ਮੇਰਾ ਨਾਮ ਹੈ ਸਰ ਰਮਨਦੀਪ ਨਾਮ ਹੈ ਜੀ ਮੇਰਾ, ਮੈਂ ਅਬੋਹਰ ਤੋਂ ਆਇਆ। ਮੈਂ ਐਕਚੁਲੀ ਕਰਫਿਊ ਪਾਸ ਲਈ ਅਪਲਾਈ ਕਰਨ ਆਇਆ ਸੀਗਾ ਜੀ, ਅਤੇ ਅੱਜ ਹੀ ਪਤਾ ਲੱਗਿਆ ਸੀ ਵੀ DC ਸਾਹਿਬ ਬੈਠੇ ਨੇ ਅੱਜ ਪਬਲਿਕ ਡੀਲਿੰਗ ਲਈ, ਅਤੇ ਬੜੀ ਅੱਛੀ ਇਹਨਾਂ ਦੀ ਸਰਵਿਸ ਰਹੀ ਹੈ ਸਰ। ਫਿਲਹਾਲ ਤਾਂ ਜਿਵੇਂ ਵੀ ਆਇਆ ਫਾਈਲ ਮੇਰੀ ਨਾਲ ਦੀ ਨਾਲ ਅਕਸੈਪਟ ਕੀਤੀ ਹੈ ਇਹਨਾਂ ਨੇ, ਅਤੇ ਉਹ ਗਈ ਹੋਈ ਹੈ ਫਾਈਲ ਜਿਵੇਂ ਵੀ ਆ ਗਈ। ਕਹਿ ਰਹੇ ਸੀ 3.5 ਸਾਢੇ 3 ਤੱਕ ਤੁਹਾਡਾ ਪਾਸ ਹੋ ਜਾਏਗਾ ਜੀ, ਮਿਲ ਜਾਏਗਾ। ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਦੱਸਿਆ ਆਪਦੇ ਜ਼ਿਲ੍ਹੇ 'ਚ ਇਹ ਵੀ ਸਟਾਰਟ ਕੀਤਾ ਕਿ ਸਵੇਰ ਦੇ ਸਮੇਂ 9:30 ਵਜੇ ਤੋਂ ਲੈ ਕਰਕੇ 11 ਵਜੇ ਤੱਕ ਮੈਂ ਖੁਦ ਪਲੱਸ ਸਾਡੇ ਜਿਹੜੇ ਹੈੱਡ ਆਫ ਡਿਪਾਰਟਮੈਂਟਸ ਨੇ ਸਾਡੇ ਜ਼ਿਲ੍ਹੇ ਦੇ, ਜਿਹੜੇ ਵੀ ਸਾਡੇ ਇਸ DC ਕੰਪਲੈਕਸ 'ਚ ਜਿਨ੍ਹਾਂ ਦੇ ਆਫਿਸਿਸ ਨੇ, ਅਸੀਂ DC ਕੰਪਲੈਕਸ ਦੇ ਬਾਰ ਬਾਰ ਜਿੱਥੇ ਸਾਡੀਆਂ ਗੱਡੀਆਂ ਖੜ੍ਹਦੀਆਂ ਅਕਸਰ, ਉੱਥੇ ਅਸੀਂ ਬਕਾਇਦਾ ਉੱਥੇ ਬੈਠ ਕਰਕੇ ਇਸ ਸਮੇਂ ਦੌਰਾਨ ਅਸੀਂ ਪਬਲਿਕ ਨੂੰ ਅਟੈਂਡ ਕਰਦੇ ਹਾਂ, ਤਾਂ ਕਿ ਕੋਈ ਵੀ ਬੰਦਾ ਜਿਸਨੂੰ DC ਆਫਿਸ ਤੱਕਰ ਕੰਮ ਕੋਈ ਹੋਵੇ ਜਾਂ ਹੈੱਡ ਆਫ ਡਿਪਾਰਟਮੈਂਟ ਕਿਸੇ ਡਿਪਾਰਟਮੈਂਟ ਨਾਲ ਕੰਮ ਹੋਵੇ ਤਾਂ ਉਹ ਆ ਕੇ ਆਪਦੀ ਮੁਸ਼ਕਲ ਸਾਨੂੰ ਦੱਸ ਸਕਦਾ, ਅਤੇ ਅਸੀਂ ਉਹਨੂੰ ਅਟੈਂਡ ਕਰਾਂਗੇ। ਔਰ ਨਾਲ ਸਾਡੇ ਆਫਿਸਰਸ ਜਿਹੜੇ ਹੈਗੇ ਵੱਖ ਵੱਖ ਉਹਨਾਂ ਦੇ ਹੈੱਡਸ ਬੈਠਦੇ ਆ, ਔਰ ਮੌਕੇ 'ਤੇ ਅਸੀਂ ਉਹਨਾਂ ਨੂੰ ਜਿਹੜੇ ਹੈਗੇ ਆ ਕੰਮ ਜਿਹੜੇ ਉਹ ਡੀਲ ਕਰਦੇ ਹਾਂ। ਇਸ ਦੇ ਨਾਲ ਜਿਹੜਾ ਹੈਗਾ ਬਾਹਰ ਬੈਠਣ ਦੇ ਨਾਲ ਖਾਸ ਰੀਜ਼ਨ ਇਹ ਹੈ ਕਿ ਅਸੀਂ ਕਰੋਨਾ ਨੂੰ ਫਾਈਟ ਕਰਨ ਵਾਸਤੇ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ, ਸੋਸ਼ਲ ਡਿਸਟੈਂਸਿੰਗ ਰੱਖਣਾ, ਉਹ ਵੀ ਮੇਨਟੇਨ ਬਿਹਤਰ ਤਰੀਕੇ ਨਾਲ ਕਰ ਸਕਦੇ ਹਾਂ। ਪਬਲਿਕ ਦੀ ਆਮਦ ਜਿਹੜੀ ਹੈਗੀ ਹੈ ਦਫ਼ਤਰਾਂ ਦੇ ਵਿੱਚ ਅੰਦਰ ਆ ਕੇ ਆਫਿਸਰਸ ਨੂੰ ਮਿਲਣਾ, ਜਿੰਨੇ ਸਾਡੇ ਸਟਾਫ ਦੇ ਮੈਂਬਰ ਹੈ ਵੱਖ ਵੱਖ ਕਮਰਿਆਂ 'ਚ ਬੈਠੇ ਉਹਨਾਂ ਨੂੰ ਮਿਲਣਾ, ਉਹਨਾਂ ਦੇ ਰੂਮ 'ਚ ਜਾ ਕੇ ਕੰਮ ਕਰਨਾ, ਉਹ ਵੀ ਅਸੀਂ ਉਸ 'ਚ ਵੀ ਕਿਸਮ ਦਾ ਰੋਕ ਇਸ ਤਰੀਕੇ ਨਾਲ ਅਸੀਂ ਲਗਾ ਲਈ ਹੈ। ਕਿਉਂਕਿ ਜੇਕਰ ਸਾਰਾ ਦਿਨ ਹੀ ਪਬਲਿਕ ਅੰਦਰ ਰੂਮਸ ਦੇ ਵਿੱਚ ਆਊਗੀ ਔਰ ਵੱਖ ਵੱਖ ਆਫਿਸਰਸ ਦੇ ਕੋਲ ਜਾਊਗੀ ਔਰ ਵੱਖ ਵੱਖ ਡਿਪਾਰਟਮੈਂਟਸ ਦੇ ਜਿਹੜੇ ਸਟਾਫ ਹੈ ਵੱਖ ਵੱਖ ਕਮਰਿਆਂ 'ਚ ਬੈਠੇ ਜਾਊਗੀ, ਤਾਂ ਕਈ ਵਾਰੀ ਉਹ ਪਬਲਿਕ ਵੱਲੋਂ ਹੀ ਕੋਈ ਗਲਤੀ ਕੀਤੀ ਜਾ ਸਕਦੀ ਹੈ ਕਿ ਉਹ ਸੋਸ਼ਲ ਡਿਸਟੈਂਸਿੰਗ ਕਿਸੇ ਮੌਕੇ ਉਹ ਨਾ ਰੱਖਣ, ਜਾਂ ਚੁੰਡ 'ਚ ਵੀ ਕਈ ਵਾਰੀ ਬੰਦੇ ਆਉਣ ਦੀ ਕੋਸ਼ਿਸ਼ ਕਰ ਸਕਦੇ, ਚਾਹੇ ਅਸੀਂ ਸਾਰੇ ਡਿਪਾਰਟਮੈਂਟਸ ਸਰਕਾਰ ਆਫਿਸਿਸ ਸਾਰੇ ਜ਼ਿਲ੍ਹਿਆਂ ਵਿੱਚ ਬੜੇ ਇਸ ਚੀਜ਼ ਦਾ ਖਿਆਲ ਰੱਖਿਆ ਜਾਂਦਾ ਆਫਿਸਿਸ ਦੇ ਵਿੱਚ, ਪਰ ਫਿਰ ਵੀ ਕੋਈ ਅਣਗਹਿਲੀ ਕਰ ਸਕਦਾ। ਸੋ ਇਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਵੀ ਕੋਈ ਗਲਤੀ ਨਾ ਕਰੇ ਤਾਂ ਅਸੀਂ ਫਿਰ ਇਸ ਕਰਕੇ ਇਹ ਜਿਹੜਾ ਨਾ ਸਿਸਟਮ ਸ਼ੁਰੂ ਕੀਤਾ ਸਵੇਰ ਦੇ ਟਾਈਮ 'ਚ 9:30 ਤੋਂ ਲੈ ਕੇ 11 ਵਜੇ ਤੱਕ ਅਸੀਂ ਬਾਹਰ ਬੈਠ ਕੇ ਹੀ ਖੁੱਲ੍ਹੇ ਦੇ ਵਿੱਚ ਸਾਰੇ ਪਬਲਿਕ ਨੂੰ ਅਟੈਂਡ ਕਰਦੇ ਹਾਂ, ਨਾਲੇ ਜਿਹਦੇ ਵਿੱਚ ਵੱਖ ਵੱਖ ਡਿਪਾਰਟਮੈਂਟਸ ਅਸੀਂ ਬੁਲਾਉਣੇ ਸ਼ੁਰੂ ਕੀਤੇ ਆ, ਸਾਰੇ ਉੱਥੇ ਹੈੱਡ ਆਫ ਡਿਪਾਰਟਮੈਂਟ ਉਹ ਵੀ ਨਾਲ ਮੌਕੇ 'ਤੇ ਬੈਠ ਕੇ, ਨਾਲੇ ਪਬਲਿਕ ਦੀ ਜਿਹੜੇ ਕੋਈ ਪ੍ਰੋਬਲਮਸ ਹੈਗੀਆਂ ਮੌਕੇ 'ਤੇ ਬੈਠ ਕੇ ਅਸੀਂ ਉਹਨਾਂ ਨੂੰ ਸੋਲਵ ਕਰਦੇ ਹਾਂ। ਪਲੱਸ ਤੁਸੀਂ ਇਹ ਵੀ ਦੇਖਦੇ ਹੋ ਕਿ ਖੁੱਲ੍ਹੇ ਦੇ ਵਿੱਚ ਫਰੈਸ਼ ਏਅਰ ਆਉਂਦੀ ਹੈ, ਅਗਰ ਰੂਮ 'ਚ ਅਸੀਂ ਕੋਈ ਪਬਲਿਕ ਨੂੰ ਮਿਲਾਂਗੇ ਤਾਂ ਉਹੀ ਰੂਮ ਦੇ ਵਿੱਚ ਹਵਾ ਜਿਹੜੀ ਸਰਕੂਲੇਟ ਹੁੰਦੀ ਰਹਿੰਦੀ ਹੈ, ਫਰੈਸ਼ਨੈਸ ਉਨੀ ਹਵਾ ਦੀ ਨਹੀਂ ਹੁੰਦੀ ਜਿੰਨੀ ਕਿ ਬਾਹਰ ਸਾਨੂੰ ਫਰੈਸ਼ਨੈਸ ਮਿਲਦੀ ਹੈ। ਸੋ ਇਹਦੇ ਨਾਲ ਵੀ ਮੈਂ ਸਮਝਦਾ ਕਿ ਇਟ ਇਜ਼ ਗੁੱਡ ਫੋਰ ਦੀ ਹੈਲਥ। ਸੋ ਕਈ ਐਸਪੈਕਟ ਨੇ ਜਿਨ੍ਹਾਂ ਦਾ ਇਸ ਸਾਡੇ ਅਸੀਂ ਬਾਹਰ ਬੈਠ ਕੇ ਉਹਨਾਂ ਦਾ ਜਿਹੜਾ ਹੈਗਾ ਅਸੀਂ ਕਵਰ ਕਰ ਰਹੇ ਹਾਂ, ਕਈ ਐਸਪੈਕਟ ਹੈਲਥ ਐਸਪੈਕਟ ਵੀ ਹੈ, ਪਬਲਿਕ ਡੀਲਿੰਗ ਵੀ ਹੈ, ਸਾਰੇ ਹੈੱਡਸ ਆਫ ਡਿਪਾਰਟਮੈਂਟ ਜਿਹੜੇ ਹੈ ਉੱਥੇ ਬੈਠ ਕੇ ਜਿਹੜੀਆਂ ਐਵੇਂ ਕੋਈ ਗ੍ਰੀਵੈਂਸਿਸ ਹੈ ਡੇਲੀ ਬੇਸਿਸ 'ਤੇ ਅਸੀਂ ਉਹਨਾਂ ਨੂੰ ਦੂਰ ਕਰ ਸਕਦੇ ਹਾਂ, ਐਫੀਸ਼ੀਐਂਸੀ ਵੀ ਵੱਧਦੀ ਆਫਿਸਿਸ ਦੀ ਔਰ ਸਾਰਾ ਕੰਮ ਵਧੀਆ ਚੱਲਦਾ ਜ਼ਿਲ੍ਹੇ ਦਾ। ਸੋ ਇਸ ਕਿਸਮ ਦੀ ਅਸੀਂ ਸ਼ੁਰੂਆਤ ਕੀਤੀ ਹੋਈ ਹੈ ਔਰ
ਅਸੀਂ ਆਪਦੇ ਜ਼ਿਲ੍ਹੇ ਨੂੰ ਵਧੀਆ ਢੰਗ ਨਾਲ ਪਬਲਿਕ ਨੂੰ ਸਰਵਿਸਿਜ਼ ਦੇਵਾਂਗੇ ਹਰ ਪੱਖੋਂ। ਫਾਜ਼ਿਲਕਾ ਤੋਂ ਸੁਰਿੰਦਰਜੀਤ ਸਿੰਘ ਦੀ ਰਿਪੋਰਟ।